ਸੂਬੇ ਭਰ ਦੇ ਵਿੱਚ ਅੱਜ ਭਾਰਤ ਬੰਦ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਕਿਸਾਨਾਂ ਦੇ ਧਰਨੇ ਦੌਰਾਨ ਵੱਡੇ ਪੱਧਰ ਤੇ ਲੋਕ ਜਾਮ 'ਚ ਫਸੇ ਰਹੇ, ਪਰ ਜ਼ਰੂਰੀ ਥਾਵਾਂ ਤੇ ਜਾਣ ਵਾਲੇ ਲੋਕਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਤੇ ਜਾਮ ਕੀਤਾ ਗਿਆ ਸੀ। ਤਾਂ ਉਸ ਦੌਰਾਨ ਜਦੋਂ ਇੱਕ ਵਿਆਹ ਵਾਲੀ ਗੱਡੀ ਆਉਂਦੀ ਹੈ, ਬਰਾਤ ਵਾਲੀ ਗੱਡੀ ਆਉਂਦੀ ਹੈ, ਤਾਂ ਕਿਸਾਨ ਉਸ ਨੂੰ ਰਾਹ ਦਿੰਦੇ ਨੇ, ਜਿਸ ਤੋਂ ਬਾਅਦ ਉਹ ਗੱਡੀ ਚਲੇ ਜਾਂਦੀ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ, ਜਿੱਥੇ ਬਰਾਤ ਵਾਲੀ ਗੱਡੀ ਜਦੋਂ ਜਾਮ 'ਚ ਫਸਦੀ ਹੈ ਤਾਂ ਕਿਸਾਨਾਂ ਵੱਲੋਂ ਇਸ ਨੂੰ ਰਾਹ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਤਸਵੀਰਾਂ ਕਈ ਥਾਵਾਂ ਤੋਂ ਸਾਹਮਣੇ ਆਈਆਂ ਨੇ, ਜਿੱਥੇ ਚਾਹੇ ਉਹ ਬਰਾਤ ਵਾਲੀਆਂ ਗੱਡੀਆਂ ਹੋਣ, ਚਾਹੇ ਵਿਦਿਆਰਥੀਆਂ ਨੇ ਪੇਪਰ ਦੇਣ ਜਾਣਾ ਹੋਵੇ, ਉਹਨਾਂ ਨੂੰ ਰਾਹ ਦਿੱਤਾ ਗਿਆ। ਈਵਨ ਕਿ ਕਈ ਥਾਵਾਂ 'ਤੇ ਐਂਬੂਲੈਂਸ ਨੂੰ ਵੀ ਰਾਹ ਦਿੱਤਾ ਗਿਆ ਹੈ। ਹਾਲਾਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਧਰਨਾ ਦੇ ਰਹੇ ਸਨ, ਚੱਕਾ ਜਾਮ ਕੀਤਾ ਗਿਆ। ਪ੍ਰਾਈਵੇਟ ਬੱਸ ਹੋਵੇ, ਸਰਕਾਰੀ ਬੱਸ ਹੋਵੇ, ਕਿਸਾਨਾਂ ਦੇ ਨਾਲ ਇਸ ਹੜਤਾਲ ਦੇ ਵਿੱਚ ਸਾਥ ਦਿੱਤਾ, ਭਾਰਤ ਬੰਦ ਦੇ ਵਿੱਚ ਸਾਥ ਦਿੱਤਾ, ਪਰ ਕਿਸਾਨਾਂ ਦੇ ਵੱਲੋਂ ਕਈ ਥਾਵਾਂ 'ਤੇ ਜਿਹੜੀ ਬਰਾਤ ਦੀਆਂ ਗੱਡੀਆਂ ਸੀ ਜਾਂ ਜਿਹੜੇ ਵਿਦਿਆਰਥੀ ਸੀ ਜਾਂ ਐਂਬੂਲੈਂਸ ਸੀ, ਉਸ ਨੂੰ ਵੀ ਰਾਹ ਦਿੱਤਾ ਗਿਆ ਹੈ। ਸੂਬੇ ਭਰ ਦੇ ਵਿੱਚ ਅੱਜ ਭਾਰਤ ਬੰਦ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਕਿਸਾਨਾਂ ਦੇ ਧਰਨੇ ਦੌਰਾਨ ਵੱਡੇ ਪੱਧਰ ਤੇ ਲੋਕ ਜਾਮ 'ਚ ਫਸੇ ਰਹੇ, ਪਰ ਜ਼ਰੂਰੀ ਥਾਵਾਂ 'ਤੇ ਜਾਣ ਵਾਲੇ ਲੋਕਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਤੇ ਜਾਮ ਕੀਤਾ ਗਿਆ ਸੀ। ਤਾਂ ਉਸ ਦੌਰਾਨ ਜਦੋਂ ਇੱਕ ਵਿਆਹ ਵਾਲੀ ਗੱਡੀ ਆਉਂਦੀ ਹੈ, ਬਰਾਤ ਵਾਲੀ ਗੱਡੀ ਆਉਂਦੀ ਹੈ, ਤਾਂ ਕਿਸਾਨ ਉਸ ਨੂੰ ਰਾਹ ਦਿੰਦੇ ਨੇ, ਜਿਸ ਤੋਂ ਬਾਅਦ ਉਹ ਗੱਡੀ ਚਲੇ ਜਾਂਦੀ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ, ਜਿੱਥੇ ਬਰਾਤ ਵਾਲੀ ਗੱਡੀ ਜਦੋਂ ਜਾਮ 'ਚ ਫਸਦੀ ਹੈ ਤਾਂ ਕਿਸਾਨਾਂ ਵੱਲੋਂ ਇਸ ਨੂੰ ਰਾਹ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਤਸਵੀਰਾਂ ਕਈ ਥਾਵਾਂ ਤੋਂ ਸਾਹਮਣੇ ਆਈਆਂ ਨੇ, ਜਿੱਥੇ ਚਾਹੇ ਉਹ ਬਰਾਤ ਵਾਲੀਆਂ ਗੱਡੀਆਂ ਹੋਣ, ਚਾਹੇ ਵਿਦਿਆਰਥੀਆਂ ਨੇ ਪੇਪਰ ਦੇਣ ਜਾਣਾ ਹੋਵੇ, ਉਹਨਾਂ ਨੂੰ ਰਾਹ ਦਿੱਤਾ ਗਿਆ। ਈਵਨ ਕਿ ਕਈ ਥਾਵਾਂ 'ਤੇ ਐਂਬੂਲੈਂਸ ਨੂੰ ਵੀ ਰਾਹ ਦਿੱਤਾ ਗਿਆ ਹੈ। ਹਾਲਾਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਧਰਨਾ ਦੇ ਰਹੇ ਸਨ, ਚੱਕਾ ਜਾਮ ਕੀਤਾ ਗਿਆ। ਪ੍ਰਾਈਵੇਟ ਬੱਸ ਹੋਵੇ, ਸਰਕਾਰੀ ਬੱਸ ਹੋਵੇ, ਕਿਸਾਨਾਂ ਦੇ ਨਾਲ ਇਸ ਹੜਤਾਲ ਦੇ ਵਿੱਚ ਸਾਥ ਦਿੱਤਾ, ਭਾਰਤ ਬੰਦ ਦੇ ਵਿੱਚ ਸਾਥ ਦਿੱਤਾ, ਪਰ ਕਿਸਾਨਾਂ ਦੇ ਵੱਲੋਂ ਕਈ ਥਾਵਾਂ 'ਤੇ ਜਿਹੜੀ ਬਰਾਤ ਦੀਆਂ ਗੱਡੀਆਂ ਸੀ ਜਾਂ ਜਿਹੜੇ ਵਿਦਿਆਰਥੀ ਸੀ ਜਾਂ ਐਂਬੂਲੈਂਸ ਸੀ, ਉਸ ਨੂੰ ਵੀ ਰਾਹ ਦਿੱਤਾ ਗਿਆ ਹੈ।